बिस्मिल्लाह रहमान रहीम। अस्सलाम वालेकुम दोस्तों, मेरा जो अलगाजी है जी, पुराना मॉडल, यही तो परफॉर्मेंस चेक कराने जी। रैपर चला रहा है ते उस्ताद जी अपने नाल। उस्ताद जी अपना नाम दस्यो जी। जवेद अहमद। जवेद अहमद बलोच। मतलब तुसी इत्थे अपने इलाके दे रहिशी हो जी। ए गाजी केड़ा मॉडल आ जी तुहाडे कोल? 2005 मॉडल। और रैपर केड़े साल चलाई सी तुसी? पिछले साल। ए नवी है, मतलब पिछले साल, किंग कंपनी दी है। ए भी डबल बेल्ट वाली है जी। किन्ने दी लई सी तुसी? 75,000। नहीं, ए डबल बेल्ट वाली है या चैन वाली है? चैन वाली। किन्ने दी लई सी? 75,000 ਦੀ। ਮਤਲਬ ਤੁਸੀਂ ਖਾਨਪੁਰ ਤੋਂ ਲਈ ਹੋਈ ਕਿ ਇਥੋਂ? ਨਹੀਂ, ਉਕਾੜਿਓਂ ਲੈ ਕੇ ਆਏ ਸੀ। ਇਹਦੇ ਵਿੱਚ ਕਣਕ ਫਸਦੀ ਤਾਂ ਨਹੀਂ? ਡਬਲ ਚੈਨ ਵਾਲੀ ਹੈ ਨਾ, ਕਹਿੰਦੇ ਚੈਨ ਵਾਲੀ 'ਚ ਕਣਕ ਫਸਦੀ ਹੈ। ਨਹੀਂ ਤਾਂ ਨਹੀਂ ਫਸਦੀ। ਅੱਛਾ, ਇੱਕ ਏਕੜ 'ਚ ਤੁਹਾਡਾ ਟਰੈਕਟਰ ਕਿੰਨਾ ਕੁ ਖਰਚਾ ਕਰ ਜਾਂਦਾ ਇਹ ਡੀਜ਼ਲ ਦਾ? ਤਕਰੀਬਨ 5 ਲੀਟਰ। 5 ਲੀਟਰ ਡੀਜ਼ਲ ਖਾਂਦਾ। ਇੱਕ ਏਕੜ ਕਿੰਨੀ ਦੇਰ 'ਚ ਕੱਟ ਲੈਂਦਾ ਇਹ? ਅਗਰ ਸੁੱਕੀ ਹੋਵੇ ਤੇ ਅੱਧੇ ਪੌਣੇ ਘੰਟੇ। ਅੱਧੇ ਪੌਣੇ 'ਚ ਘੰਟੇ। ਕਿਹੜੇ ਗੇਅਰ 'ਚ ਚਲਾਉਂਦੇ ਹੋ ਤੁਸੀਂ ਇਹਨੂੰ? ਕਟਾਈ ਦਾ 25 ਦਿਨਾਂ ਦੇ ਵਿੱਚ ਤੁਸੀਂ ਕਟਾਈ ਕਰਦੇ ਹੋ। ਔਰ ਦਿਹਾੜੀ 'ਚ ਤੁਸੀਂ ਕਿੰਨੇ ਏਕੜ ਕੱਟ ਲੈਂਦੇ ਹੋ ਤਕਰੀਬਨ ਸੁੱਕੀ ਕਣਕ ਦੇ? 6-7 ਏਕੜ ਕੱਟ ਲੈਂਦੇ ਹੋ ਦਿਹਾੜੀ ਦੇ। ਔਰ ਏਕੜ ਦਾ ਰੇਟ ਕੀ ਹੈ ਤਕਰੀਬਨ? 1,100-1,200। ਔਰ ਇਹ ਗਾਜ਼ੀ ਠੀਕ ਹੈ ਇਸ ਕੰਮ ਵਾਸਤੇ? ਛੋਟਾ ਫੀਅਰ ਠੀਕ ਆ ਜਾਂ ਵੱਡਾ ਫੀਅਰ ਠੀਕ ਆ? ਗਾਜ਼ੀ ਠੀਕ ਆ, ਦੌੜ ਵੀ ਚੰਗੀ ਆ। ਅਤੇ ਮੈਸੀ ਦੇ ਬਾਰੇ ਕੀ ਖਿਆਲ ਆ? ਮੈਸੀ ਵੀ ਠੀਕ ਆ ਇਸ ਕੰਮ ਵਾਸਤੇ? ਮੈਸੀ ਵੀ ਠੀਕ। ਛੋਟਾ ਮੈਸੀ 260 ਜਾਂ 375-85? 60 ਤੇ 240 ਦੋਵੇਂ ਠੀਕ ਹੈ ਇਸ ਕੰਮ ਵਾਸਤੇ? ਵੱਡੇ ਟਰੈਕਟਰਾਂ ਦਾ ਖਰਚਾ ਵੀ ਵੱਧ ਜਾਂਦਾ ਹੋਣਾ ਫਿਰ। ਅੱਛਾ, ਅਤੇ ਇਹ ਪੂਰੇ ਸੀਜ਼ਨ ਦੇ ਵਿੱਚ 25 ਦਿਨਾਂ ਤਕਰੀਬਨ ਤੁਹਾਡਾ ਖਰਚਾ ਮਰਚਾ ਕੱਢ ਕੇ ਕਿੰਨੀ ਕੁ ਤੁਹਾਨੂੰ ਬੱਚਤ ਆ ਜਾਂਦੀ ਹੈ? ਸਹੀ ਹੈ, 50-60 ਹਜ਼ਾਰ ਬਚ ਜਾਂਦਾ। ਠੀਕ ਹੋ ਗਿਆ। ਅਤੇ ਆਪਣਾ ਤੁਸੀਂ ਇਹ ਗੱਡੀ ਦਾ ਤੇਲ ਸ਼ੇਲ ਕਿੰਨੀ ਕੁ ਦੇਰ ਬਾਅਦ ਬਦਲੀ ਕਰ ਦਿੰਦੇ ਹੋ? ਏਅਰ ਕਲੀਨਰ 'ਚ ਕਾਫੀ ਅੱਗੋਂ ਮਿੱਟੀ ਆਉਣ ਡਈ ਹੈ ਨਾ ਇਹਦੇ ਵਿੱਚ? 15 ਦਿਨਾਂ ਦੇ ਬਾਅਦ ਤੁਸੀਂ ਮਤਲਬ ਸੀਜ਼ਨ 'ਚ ਇੱਕ ਵਾਰੀ ਚੇਂਜ ਕਰ ਦਿੰਦੇ ਹੋ? ਚਲੋ ਠੀਕ ਹੈ, ਮਾਸ਼ਾਅੱਲਾ ਸ਼ੁਰੂ ਕਰੋ ਜੀ। ਲਓ ਜੀ, ਹੁਣ ਤੁਸੀਂ ਇਹਦੀ ਚੈੱਕ ਕਰੋ ਪਰਫਾਰਮੈਂਸ। 2005 ਮਾਡਲ ਗਾਜ਼ੀ। ਵਾਲੇਕੁਮ ਸਲਾਮ ਜੀ।
लो जी तकरीबन एकड़ मुकम्मल हो गया है इन्हों का।